ਬਲਾਕ ਸੰਮਤੀ ਮਜੀਠਾ ਤੇ ਅਕਾਲੀ ਦਲ ਦਾ ਕਬਜ਼ਾ ਬਰਕਰਾਰ। ਬੀਬੀ ਅਮਰਜੀਤ ਕੌਰ ਦਾਦੂਪੁਰਾ ਬਣੀ ਚੇਅਰਪਰਸਨ। ਨਵੇਂ ਚੁਣੇ ਗਏ ਅਹੁਦੇਦਾਰ ਇਮਾਨਦਾਰੀ ਅਤੇ ਪੂਰੀ ਹਿੰਮਤ ਨਾਲ ਲੋਕਾਂ ਦੀ ਸੇਵਾ ਵਿੱਚ ਜੁਟ ਜਾਣ। ਮਜੀਠੀਆ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ ਬੀਬੀ ਦਾਦੂਪੁਰਾ। ਕਾਂਗਰਸ ਸੱਤਾ ਉੱਤੇ ਕਾਬਜ਼ ਹੋਣ ਦੇ ਬਾਵਜੂਦ ਬਲਾਕ ਸੰਮਤੀ ਮਜੀਠਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਸਰਕਾਰੀ ਸੀਟ ਅਕਾਲੀ ਦਲ ਆਪਣੇ ਕਬਜ਼ੇ 'ਚ ਰੱਖਣ 'ਚ ਕਾਮਯਾਬ ਰਿਹਾ। SDM ਸ਼੍ਰੀਮਤੀ ਅਲਕਾ ਕਾਲੀਆ ਵੱਲੋਂ ਕਰਾਈ ਗਈ ਉਕਤ ਦੋਵੇਂ ਅਹੁਦੇਦਾਰਾਂ ਦੀ ਚੋਣ ਦੌਰਾਨ 24 ਬਲਾਕ ਸੰਮਤੀ ਮੈਂਬਰਾਂ ਵਿੱਚੋਂ 20 ਅਕਾਲੀ ਸੰਮਤੀ ਮੈਂਬਰਾਂ ਨੇ ਸਰਬਸੰਮਤੀ ਨਾਲ ਬੀਬੀ ਅਮਰਜੀਤ ਕੌਰ ਪਤਨੀ ਧੀਰ ਸਿੰਘ ਦਾਦੂਪੁਰਾ ਨੂੰ ਚੇਅਰਪਰਸਨ ਅਤੇ ਬੀਬੀ ਕਰਮਜੀਤ ਕੌਰ ਪਤਨੀ ਸਵਰਗਵਾਸੀ ਖਜਾਨ ਸਿੰਘ ਸਹਿਜਾਦਾ ਨੂੰ ਉਪ ਚੇਅਰਪਰਸਨ ਚੁਣਿਆ। ਪ੍ਰੋਫੈਸਰ ਸਰਚਾਨ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਉਕਤ ਚੋਣ 'ਤੇ ਤਸੱਲੀ ਪ੍ਰਗਟ ਕਰਦਿਆਂ ਅਕਾਲੀ ਦਲ ਨੂੰ ਮਿਲੀ ਵੱਡੀ ਸਫਲਤਾ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਪੰਚਾਇਤੀ ਰਾਜ ਚੋਣਾਂ ਵਿੱਚ ਕਾਂਗਰਸ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾ ਜਵਾਬ ਦਿੰਦਿਆਂ ਅਕਾਲੀ ਉਮੀਦਵਾਰਾਂ ਦਾ ਬਹੁਤ ਵੱਡੀ ਮੁਹਿੰਮ ਨਾਲ ਜੇਤੂ ਹੋਣਾ ਇਲਾਕਾ ਨਿਵਾਸੀਆਂ ਅਤੇ ਅਕਾਲੀ ਭਾਜਪਾ ਦੇ ਜੁਝਾਰੂ ਵਰਕਰਾਂ ਦੀ ਹੀ ਜਿੱਤ ਹੈ, ਜਿਸ ਲਈ ਉਹ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਨ। ਉਹਨਾਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਇਮਾਨਦਾਰੀ ਅਤੇ ਪੂਰੀ ਹਿੰਮਤ ਨਾਲ ਲੋਕਾਂ ਦੇ ਭਲੇ ਲਈ ਕੰਮ ਕਰਨ ਲਈ ਕਿਹਾ। ਉਹਨਾਂ ਇਹ ਵੀ ਦੱਸਿਆ ਕਿ ਮਜੀਠਾ ਅਜਿਹਾ ਇਲਾਕਾ ਹੈ ਜਿੱਥੇ ਅਕਾਲੀ ਦਲ ਨੇ 24 ਵਿੱਚੋਂ 20 ਉਮੀਦਵਾਰ ਜੇਤੂ ਕਰਾ ਕੇ ਇਤਿਹਾਸ ਸਿਰਜਿਆ। ਅੱਜ ਦੀ ਚੋਣ ਵਿੱਚ ਕਾਂਗਰਸ ਨਾਲ ਸੰਬੰਧਿਤ 4 ਮੈਂਬਰ ਗੈਰ ਹਾਜ਼ਰ ਸਨ। ਇਸ ਮੌਕੇ ਮੇਜਰ ਸ਼ਿਵੀ, ਐਡਵੋਕੇਟ ਰਾਕੇਸ਼ ਪ੍ਰਕਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਬਲਰਾਜ ਸਿੰਘ ਔਲਖ, ਜਸਵੀਰ ਸਿੰਘ ਢਰਪਈ, ਜਗਤਾਰ ਸਿੰਘ ਨਾਗ ਨਵੇ, ਗਗਨਦੀਪ ਕੌਰ ਲੁੱਦੜ, ਕਰਮਜੀਤ ਕੌਰ ਅਵਤਾਲ, ਕ੍ਰਿਸ਼ਨਾ ਦੇਵੀ ਪਤਾਲਪੁਰੀ, ਰਜਿੰਦਰ ਸਿੰਘ ਪਾਕਰਪੁਰਾ, ਹਰਪਾਲ ਸਿੰਘ ਚਵਿੰਡਾ ਦੇਵੀ, ਰਜਵੰਤ ਕੌਰ ਮੀਆਂ ਭਦੇਰ, ਰਜਵੰਤ ਕੌਰ ਢੱਡੇ, ਲਖਵੀਰ ਸਿੰਘ ਕੱਥੂ ਨੰਗਲ, ਜਗਰੂਪ ਕੌਰ ਕੱਥੂ ਨੰਗਲ, ਬਲਵਿੰਦਰ ਸਿੰਘ ਭਦੇਰ ਅਤੇ ਪ੍ਰੋਫੈਸਰ ਸਰਚਾਨ ਸਿੰਘ ਸਮੇਤ ਹਜ਼ਾਰਾਂ ਅਕਾਲੀ ਵਰਕਰ ਅਤੇ 5 ਸਰਪੰਚ ਮੌਜੂਦ ਸਨ। ਬਿਊਰੋ ਰਿਪੋਰਟ, ਆਵਾਜ਼ੇ ਕਾਉਂਟੀ।